ਯਾਨੀ ਲੰਮੇ ਸਮੇਂ ਦੀਆਂ ਮੰਗਾਂ ਨੇ ਇਹ ਜਿਹੜੀਆਂ ਅੱਜ ਦੀਆਂ ਮੰਗਾਂ ਨੇ ਬਹੁਤ ਚਿਰ ਤੋਂ ਲਟਕੀਆਂ ਨੇ ਜਿਹਦੇ 'ਤੇ ਅਸੀਂ ਲਗਾਤਾਰ ਸੰਘਰਸ਼ ਕਰ ਰਹੇ ਹਾਂ, ਜਿਵੇਂ ਭਾਰਤ ਮਾਲਾ ਪ੍ਰੋਜੈਕਟ ਹੈ, ਗੜੇਮਾਰੀ ਹੈ, ਮੀਂਹ ਨਾਲ ਹੋਇਆ ਨੁਕਸਾਨ, ਫਸਲਾਂ ਦਾ ਨੁਕਸਾਨ, ਗੈਸ ਲਾਈਨ ਪਾਈਪ ਦਾ ਘਰਾਂ ਦਾ ਨੁਕਸਾਨ ਹੋਇਆ ਹੋਇਆ, ਯਾਨੀ ਉਹ ਨੁਕਸਾਨ ਜਿਹੜੇ ਉਹ ਮਾਮਜੇ ਜਿਹੜੇ ਮਤਲਬ ਚੋਣ ਜ਼ਾਬਤੇ ਦੇ ਵਿੱਚ ਵੀ ਦਿੱਤੇ ਜਾ ਸਕਦੇ ਨੇ, ਜਿਹੜੇ ਵੰਡੇ ਜਾ ਸਕਦੇ ਨੇ, ਜਿਹੜੇ ਪਹਿਲਾਂ ਤੋਂ ਆਏ ਪਏ ਨੇ, ਯਾਨੀ ਸਰਕਾਰ ਉਹਤੇ ਟਾਲ ਮਟੋਲ ਕਰ ਰਹੀ ਹੈ। ਅਸੀਂ ਇਹਦੇ 'ਤੇ ਸੰਬੰਧ 'ਚ 2 ਦਿਨ ਦਾ 5 ਤਰੀਕ 5 ਮਈ ਨੂੰ ਮੀਟ ਹੈ, ਜਿਹੜਾ ਸੰਗਰੂਰ ਦਾ ਉਮੀਦਵਾਰ ਹੈ ਪਾਰਲੀਮੈਂਟ ਹਲਕੇ ਦਾ ਅਤੇ ਗੁਰਮੀਤ ਸਿੰਘ ਖੁੱਡੀਆ, ਉਹਨਾਂ ਦੇ ਘਰਾਂ ਦੇ ਅੱਗੇ ਅਸੀਂ 5 ਤਰੀਕ ਦੇ ਧਰਨੇ ਲਾ ਕੇ ਦਾ ਪ੍ਰੋਗਰਾਮ ਕੀਤਾ ਹੋਇਆ, ਉਹ ਅਸੀਂ ਕਰ ਰਹੇ ਹਾਂ। ਅਤੇ ਸਰਕਾਰ ਸਾਡੀਆਂ ਗੱਲਾਂ ਦੀ ਟਾਲ ਮਟੋਲ ਕਰ ਰਹੀ ਹੈ। ਸਿਹਤਮੰਦ ਦੀ ਗੱਲ ਇਹ ਹੈ ਵੀ ਕਈ ਥਾਵਾਂ 'ਤੇ ਤਾਂ ਜਿਹੜੀ ਮਾਮਜੇ ਆਏ ਪਏ ਨੇ ਗੜੇਮਾਰੀ ਦੇ, ਉਹ ਵੰਡੇ ਨਹੀਂ ਜਾ ਰਹੇ। ਕੱਲ੍ਹ ਹੀ ਸਾਡੀ ਸੰਗਰੂਰ ਡੀ ਸੀ ਨਾਲ ਮੀਟਿੰਗ ਹੋਈ ਹੈ, ਉਹ ਡੀ ਸੀ ਸਾਹਿਬ ਕਹਿ ਰਹੇ ਨੇ ਵੀ ਹਾਂ ਜੀ ਮਾਮਜਾ ਤਾਂ ਆਇਆ ਪਿਆ ਜੀ, 1 ਕਰੋੜ ਪਲੱਸ ਕੁਛ ਪੈ ਮਾਮਜਾ ਅਤੇ ਕੁਛ ਪਿੰਡਾਂ ਦਾ ਮਾਮਜਾ ਉਹ ਵੰਡਣ ਵਾਲਾ। ਹੁਣ ਜਿਹੜਾ ਮਾਮਜਾ ਆਇਆ ਪਿਆ ਵੀ ਉਹ ਵੰਡਿਆ ਕਿਉਂ ਨਹੀਂ ਜਾ ਰਿਹਾ? ਤੁਸੀਂ ਹੈਰਾਨ ਹੋਵੋਗੇ ਵੀ ਗੈਸ ਲਾਈਨ ਪਾਈਪ ਦੇ ਮਾਮਜੇ ਦਿੱਤੇ ਨੇ ਕਿਸਾਨਾਂ ਨੂੰ, 1 ਜਗ੍ਹਾ 'ਤੇ 2 ਲੱਖ ਰੁਪਈਆ ਪਰ ਏਕੜ ਦਾ, ਅਤੇ ਜਿੱਥੇ ਜਦੋਂ ਉਹ ਸੰਘਰਸ਼ ਕੀਤਾ ਉਹਨਾਂ ਦੇ ਉੱਤੇ ਤਾਂ ਕਿਸੇ ਜਗ੍ਹਾ 'ਤੇ 24 ਲੱਖ ਰੁਪਈਆ ਪਰ ਏਕੜ ਦਾ ਮਾਮਲਾ ਦਿੱਤਾ। ਯਾਨੀ ਇਹ ਜਿਹੜੇ ਇੰਨੇ ਫਰਕ ਨੇ, ਜਿਹੜੀ ਮਤਲਬ ਭਗਵੰਤ ਮਾਨ ਸਰਕਾਰ ਇਹ ਕਹਿੰਦੀ ਸੀ ਵੀ ਯਾਰ ਮੈਂ ਤਾਂ ਗਰਦੌਰੀਆਂ ਤੋਂ ਪਹਿਲਾਂ ਦੇ ਦਿਆ ਕਰੂੰਗਾ, ਗਰਦੌਰੀਆਂ ਕਰਨ ਦੀ ਲੋੜ ਹੀ ਨਹੀਂ ਪੈਣੀ, ਤੁਹਾਨੂੰ ਐਂ ਜੱਚੀ ਗੱਲ ਵੀ ਇਹਦਾ ਮਤਲਬ ਗੱਲ ਫੋਕੀ ਹੈ ਵੀ ਕਿਸੇ ਗੱਲ ਦੀਆਂ ਗਰਦੌਰੀਆਂ ਕਰੇ ਤੋਂ ਬਗੈਰ ਤੁਹਾਨੂੰ ਕਿਵੇਂ ਪਤਾ ਲੱਗ ਗਿਆ ਵੀ ਨੁਕਸਾਨ ਦਾ ਮਾਮਲਾ ਕਿੱਥੇ ਕਿੱਥੇ ਹੋਇਆ, ਕਿਹਦਾ ਕਿਹਦਾ ਕਿੰਨਾ ਕਿੰਨਾ ਹੋਇਆ? ਯਾਨੀ ਉਹ ਮਾਮਜੇ ਵੀ ਜਿਹੜੇ ਦੇ ਰਹੇ ਨੇ ਉਹ ਵੀ ਨਾ ਮਾਤਰ ਨੇ। ਯਾਨੀ ਅਸੀਂ ਕਹਿੰਦੇ ਵੀ ਜਦੋਂ 100% ਮਾਮਜਾ ਹੋ ਗਿਆ, ਫਰਜ਼ ਕਰ ਲਓ ਹੁਣ ਕਿਸੇ ਕਿਸਾਨ ਦੇ ਖੇਤ ਨੂੰ ਅੱਗ ਲੱਗ ਗਈ, ਅੱਗ ਲੱਗ ਲਓ 100% ਮਾਮਜਾ ਮਿਲਣਾ ਚਾਹੀਦਾ, ਪਤਾ ਹੀ ਹੈ ਉਹਦਾ ਕੁਛ ਨਹੀਂ ਬਚਦਾ, ਉਹਦਾ ਤਾਂ ਫਸਲ ਤੋਂ ਬਿਨਾਂ ਉਹਦੇ ਦਰਖਤਾਂ ਦਾ ਨੁਕਸਾਨ ਅਤੇ ਹੋਰ ਨੁਕਸਾਨ ਵੀ ਕਿੰਨੇ ਹੋ ਜਾਂਦੇ ਨਾਲ, ਉੱਥੇ ਵੀ ਜਿਹੜੀ 100% ਮਾਮਜਾ ਨਹੀਂ, ਉੱਥੇ ਵੀ ਕੀ ਹੈ ਚੰਨੀ ਸਰਕਾਰ ਤੋਂ ਅਸੀਂ 17,000 ਰੁਪਇਆ ਪਰ ਏਕੜ ਦਾ ਮਾਮਜੇ ਦਾ ਤੈਅ ਕਰਵਾਇਆ ਸੀ, ਅਤੇ ਇਹ ਸਾਡੀ ਆਮ ਆਦਮੀ ਦੀ ਸਰਕਾਰ ਨੇ 15 ਕਰ ਦਿੱਤਾ, 15 ਤੋਂ ਵੀ ਯਾਨੀ ਫਿਰ ਇਹ 7.5 ਉੱਤ ਆ ਗਏ, ਹੁਣ ਇਹ 68 ਤੇ ਆ ਗਏ, ਹੁਣ 54 ਦੀ ਖੜੇ ਆ, ਉਹ ਵੀ ਯਾਨੀ ਬਹੁਤ ਸਾਰੇ ਲੋਕ ਕਿਸਾਨਾਂ ਦਾ ਦਿੱਤੇ ਨੇ। ਉਦੋਂ ਹੈਰਾਨ ਕਰਨ ਵਾਲੀ ਗੱਲ ਤੁਸੀਂ ਸੁਣੋਗੇ ਹੋਰ ਵੀ, ਕਹਿੰਦੇ ਵੀ ਇਹ ਕੇਂਦਰ ਦੀ ਪਾਲਿਸੀ ਆ, ਕਿਸੇ ਦਾ ਜੇ 20 ਕਿੱਲਿਆਂ ਦਾ ਨੁਕਸਾਨ ਹੋ ਗਿਆ, 15 ਕਿੱਲਿਆਂ ਦਾ ਨੁਕਸਾਨ ਵੀ ਹੋ ਗਿਆ, ਤਾਂ ਸਿਰਫ ਉਹਨੂੰ 5 ਕਿੱਲਿਆਂ ਦਾ ਹੀ ਮਿਲੂਗਾ ਇਹ ਨੁਕਸਾਨ, ਬਾਕੀ ਇਹਦਾ ਮਤਲਬ ਜਿਹੜਾ 5 ਕਿੱਲਿਆਂ ਤੋਂ ਵੱਧ ਦਾ ਨੁਕਸਾਨ ਹੋ ਗਿਆ, ਕੋਈ ਦੁਨੀਆਂ ਦੇ ਵਿੱਚ ਹੈ ਹੀ ਜੇ ਰਵਾਇਤ ਵੀ ਵੱਧ ਦਾ ਨੁਕਸਾਨ ਦੀ ਫਿਰ ਜ਼ਿੰਮੇਵਾਰੀ ਕਿਹਦੀ ਆ ਬਈ, ਉਹ ਕੌਣ ਭਰੂ? ਜਿਹੜੇ ਕਿਸਾਨ ਨੇ 20 ਕਿੱਲੇ ਲੈ ਕੇ ਠੇਕੇ ਦੇ ਜ਼ਮੀਨ ਦਾ 80,000 ਰੁਪਏ ਨੂੰ ਠੇਕੇ ਦਾ ਮਾਮਜਾ ਦੇ ਦਿੱਤਾ ਪਹਿਲਾਂ, ਜੇ ਉਹਦਾ ਵੀ ਨੁਕਸਾਨ ਹੋ ਗਿਆ ਤਾਂ ਉਹਨੂੰ 5 ਏਕੜ ਦੇ ਮਾਮਜੇ ਦਾ ਮਿਲੂਗਾ, ਉਹ ਵੀ 5,400, 5,600, 7,000 ਤੱਕ, ਉਹਦਾ ਵੀ ਪਰਸੈਂਟੇਜ ਨਹੀਂ ਜਿਹੜਾ ਯਾਨੀ ਖਰਚਾ ਵੀ ਨਹੀਂ ਮੁੜਦਾ। ਇਸ ਕਰਕੇ ਵਾਰ ਵਾਰ ਕਹੀ ਜਾਂਦੇ ਨੇ ਕਿਸਾਨ ਭਾਈ ਕਿਸਾਨਾਂ ਸਿਰ ਕਰਜ਼ਾ ਕਿਵੇਂ ਚੜ੍ਹ ਗਿਆ, ਤੁਹਾਡੀਆਂ ਨੀਤੀਆਂ ਨੇ ਕਿਸਾਨ ਮਾਰੇ ਨੇ, ਆਹ ਸੰਘਰਸ਼ ਕਰ ਰਹੇ ਨੇ ਉਦਣ ਦੇ ਲਗਾਤਾਰ ਬੈਠੇ ਨੇ ਬਠਿੰਡੇ ਵਾਲੇ ਕਿੰਨਾ ਚਿਰ ਡੀ ਸੀ ਦੇ ਆ ਜਿਹੜੇ ਬਠਿੰਡੇ ਡੀ ਸੀ ਦੇ ਦਫ਼ਤਰ ਦੇ ਵਿੱਚ, ਇਹ ਡੀ ਸੀ ਬਾਰੇ ਜਾਣਕਾਰੀ ਮਿਲੀ ਆ ਵੀ ਇਹ ਗੱਲ ਕਰਨ ਨੂੰ ਹੀ ਤਿਆਰ ਨਹੀਂ ਕਿਸੇ ਨਾਲ, ਮਾਂ ਦਾ ਉਦੋਂ ਗੱਲ ਕਰਦੇ ਨੇ, ਹੁਣ ਜੇ ਇਹਨਾਂ ਨੂੰ ਪਹਿਲਾਂ ਘੇਰ ਲਈਏ ਤਾਂ ਤੁਸੀਂ ਸਵਾਲ ਕਰੋਗੇ ਜੀ, ਪਹਿਲਾਂ ਪੁੱਛ ਲੈਂਦੇ, ਪੁੱਛ ਕੀ ਲੈਂਦੇ ਇਹਨਾਂ ਨੂੰ? ਯਾਨੀ ਹੁਣ ਇਹ ਜਦੋਂ ਆਹ ਅਸੀਂ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹਾਂ, ਕੱਲ੍ਹ ਨੂੰ ਤਾਂ ਇਹ ਸੁਣਨਗੇ ਗੱਲ ਸਾਡੀ, ਕਿਉਂਕਿ ਪ੍ਰੈਸ ਕਾਨਫਰੰਸ ਕਰਕੇ ਅਸੀਂ ਦਸਤਾਵੇਜ਼ ਦਾ ਧਰਨੇ ਲਾਉਣਾ 5 ਤਰੀਕ ਨੂੰ, ਇਦੋਂ ਪਹਿਲਾਂ ਕਿਸੇ ਨੇ ਨਹੀਂ, ਜਾਂ ਟਾਲ ਮਟੋਲ ਮੀਤ ਹੈਰ ਨਾਲ 2 ਮੀਟਿੰਗਾਂ ਹੋ ਗਈਆਂ, ਅਜੇ ਵੀ ਉਹ ਜਹਾਂਗੀਰ ਦਾ ਮਸਲਾ ਜਿਹੜਾ ਜ਼ਮੀਨ ਦਾ ਲਟਕਦਾ, ਉਹ ਕੁੜੀ ਮਾਲਕ ਹੈ ਉਹਦੇ 'ਤੇ, ਉਹ ਬਕਾਇਦਾ ਉਹਦੀ ਮਾਲਕੀ ਦੀ ਹੈ, ਉਹਦੇ ਸਟੇ ਲੱਗੀ ਹੋਈ ਹੈ, ਉਹ ਵਕੀਲ ਨੇ ਕਿਸੇ ਨੇ ਉਹਦੇ ਪੱਖ 'ਚ ਕੋਰਸ ਨਹੀਂ ਲੁਕੋ ਲਿਆ ਵੀ ਸਟੇ ਤਾਂ ਉਹਦੇ ਹੈ ਹੀ ਨਹੀਂ ਸੀ, 2012 ਦੀ ਸਟੇ ਹੈ ਅਤੇ 2000 ਮਾਲਕ ਦੇ ਵਿੱਚ ਅਪੋਜੀਸ਼ਨ ਪਾਰਟੀ ਨੂੰ ਮਾਲਕ ਬਣਾਇਆ ਹੋਇਆ,
ਯਾਨੀ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਵਾਪਰੀਆਂ ਨੇ ਜਿਹਦੇ 'ਚ ਐਂ ਕਹਿੰਦੇ ਨੇ 15 ਦਿਨਾਂ 'ਚ ਹੱਲ ਕਰ ਦਾਂਗੇ, ਹਫ਼ਤੇ 'ਚ ਹੱਲ ਕਰ ਦਾਂਗੇ, ਉਹਨਾਂ ਵੱਲ ਧਿਆਨ ਹੀ ਨਹੀਂ ਦਿੱਤਾ ਜਾ ਰਿਹਾ। ਸਗੋਂ ਇਹ ਕਹਿ ਰਹੇ ਨੇ ਵੀ 13 ਦੀਆਂ 13 ਸੀਟਾਂ ਜਿੱਤ ਲਾਂਗੇ, ਜਿੱਤੋਂਗੇ ਕਿਹਨਾਂ ਦੇ ਸਿਰ 'ਤੇ ਬਈ, ਆਓਗੇ ਕਿਹਨਾਂ ਦੇ ਕੋਲ। ਸਾਨੂੰ ਕਿਹਾ ਜਾਂਦਾ ਵੀ ਤੁਸੀਂ ਲੋਕ ਤਾਂ ਵੋਟਾਂ ਲੜ ਰਹੇ ਨੇ, ਤੁਸੀਂ ਧਰਨੇ ਲਾ ਰਹੇ ਹੋ, ਸਾਡਾ ਤਾਂ ਕੰਮ ਹੀ ਸਮਝਾ ਜੇ ਇਹਨਾਂ ਦੀ ਰੁੱਤ ਹੈ ਹੁਣ ਲੋਕਾਂ ਨੂੰ ਗੁੰਮਰਾਹ ਕਰਕੇ ਝੂਠ ਬੋਲ ਕੇ ਤੁਸੀਂ ਵੋਟਾਂ ਲੈ ਕੇ ਕੁਰਸੀ ਹਾਸਲ ਕਰਨ ਦੀ ਤੁਹਾਡੀ ਮੌਸਮ ਹੈ, ਤਾਂ ਸਾਡਾ ਵੀ ਇਹੀ ਤੁਹਾਡੀ ਕਮਜ਼ੋਰੀ ਨੂੰ ਬੁੱਝਿਆ ਹੋਇਆ, ਤੁਹਾਡੇ 'ਤੇ ਐਕਸ਼ਨ ਕਰਕੇ ਆਪਣੀਆਂ ਮੰਗਾਂ ਤੁਹਾਡੇ ਗੁਰ ਧੋਣ 'ਤੇ ਗੋਡਾ ਧਰ ਕੇ ਕਿਉਂ ਨਾ ਮਨਵਾਈਏ, ਸਾਡਾ ਕਿਹੜਾ ਅਧਿਕਾਰ ਨਹੀਂ। ਭਗਵੰਤ ਮਾਨ ਹੀ ਕਹਿੰਦਾ ਹੁੰਦਾ ਨਾ, ਸੱਥਾਂ 'ਚ ਆਇਆ ਨੂੰ ਸਵਾਲ ਪੁੱਛੋ, ਸੱਥਾਂ ਨੂੰ ਸਵਾਲ ਪੁੱਛਦਿਆਂ ਸੱਥਾਂ 'ਚ ਆਇਆ ਨੂੰ ਤੁਹਾਡੇ ਘਰੇ ਜਾ ਕੇ ਸਵਾਲ ਪੁੱਛਣ ਲੱਗ ਰਿਹਾ ਤੁਹਾਨੂੰ, ਅਸੀਂ ਦੱਸੋ ਆਹ ਮਾਮਲਾ ਕੌਣ ਦੇਊਗਾ, ਆਹ ਗੱਲਾਂ ਦੇ ਜਵਾਬ ਕੌਣ ਦੇਊਗਾ, ਭੇਡ ਦਾ ਬੱਕਰੀ ਦਾ ਮਰੇ ਦਾ ਪੈਸਾ ਕੌਣ ਦੇਊਗਾ, ਗੜੇਮਾਰੀ ਦਾ ਨੁਕਸਾਨ ਕੌਣ ਦੇਊਗਾ, ਅੱਗ ਨਾਲ ਸੜੀ ਫਸਲ ਦਾ ਨੁਕਸਾਨ ਕੌਣ ਦੇਊਗਾ, ਇਹਦੀ ਜ਼ਿੰਮੇਵਾਰ ਕੌਣ ਨੇ। ਤੁਸੀਂ ਕਹਿ ਰਹੇ ਹੋ ਮੈਂ ਕਿਸਾਨਾਂ ਦਾ ਪੁੱਤ ਹਾਂ, ਮੈਂ ਤਾਂ ਇੰਜਣ ਦੇ ਸਿਲੈਂਸਰ ਮੂਹਰੇ ਮੰਜੀ ਡਾ ਕੇ ਬਹਿੰਦਾ ਹੁੰਦਾ ਸੀ, ਜੇ ਤੈਨੂੰ ਇੰਨਾ ਗੱਲਾਂ ਦਾ ਪਤਾ ਹੈ ਵੀ ਕਿਸਾਨ ਇੰਨੇ ਸੰਕਟ ਦੇ ਨਾਲ, ਤੈਨੂੰ ਇਸ ਗੱਲ ਦਾ ਵੀ ਪਤਾ ਵੀ ਉਹਨਾਂ ਦੇ ਘਰੇ ਰੋਟੀ ਪੱਕਦੀ ਹੋਣੀ ਜਿਹਦੀ ਸਾਰੀ ਦੀ ਸਾਰੀ ਫਸਲ ਅੱਗ ਨਾਲ ਮੱਚ ਗਈ, ਉਹਨਾਂ ਘਰਾਂ ਦੇ ਰੋਟੀ ਪੱਕਦੀ ਹੋਣੀ ਜਿਹਨਾਂ ਦੀ ਗੜਿਆਂ ਦੇ ਬਾਹਰ 'ਤੇ ਜਿਹੜੀ ਕੱਲ੍ਹ ਨੂੰ ਆ ਜਾਣੀ ਸੀ ਘਰਾਂ ਦੇ ਵਿੱਚ, ਤੁਸੀਂ ਉਹਨਾਂ ਦੇ ਨੁਕਸਾਨ ਨਾ, ਉਹਨਾਂ ਗਰੀਬਾਂ ਦਾ ਭਲਾ ਕੀ ਹਾਲ ਹੋਊ, ਜਿਹਨਾਂ ਦੇ ਕੋਲੇ ਢਹਿ ਗਏ, ਜਿਹਨਾਂ ਦੇ ਛੱਤ ਨਹੀਂ ਹੈ ਸਿਰ 'ਤੇ ਬਹਿਣ ਨੂੰ, ਜਿਹਨਾਂ ਦੇ ਘਰ ਢਹਿ ਗਏ, ਸਾਰੇ ਦੇ ਸਾਰੇ ਮਕਾਨ ਢਹਿ ਗਏ, ਉਹਨਾਂ ਦਾ ਦੱਸੋ ਕੀ ਹੈ। ਇਸ ਕਰਕੇ ਅਸੀਂ ਇਹ ਸਰਕਾਰ ਨੂੰ ਕੰਨ ਕਰਾਉਣਾ ਚਾਹੁੰਦੇ ਹਾਂ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।